ਪਟਿਆਲਾ ਦੇ ਕੋਲੰਬੀਆ ਏਸ਼ੀਆ ਹਸਪਤਾਲ ਵੱਲੋਂ ਪਿਛਲੇ ਸਮੇਂ ਦੌਰਾਨ 400 ਤੋਂ ਵੱਧ ਮਰੀਜ਼ਾਂ ਦੇ ਗੋਡਿਆਂ ਦੀ ਰਿਪਲੇਸਮੈਂਟ ਸਫਲਤਾਪੂਰਵਕ ਕੀਤੀ ਗਈ ਜਿਸ ਉਪਰੰਤ ਮਰੀਜ਼ਾਂ ਵੱਲੋਂ ਕੋਲੰਬੀਆ ਏਸ਼ੀਆ ਹਸਪਤਾਲ ਪਹੁੰਚ ਕੇ ਡਾਕਟਰ ਸਾਹਿਬਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਹਸਪਤਾਲ ਵੱਲੋਂ ਮਰੀਜ਼ਾਂ ਨੂੰ ਨਾਲ ਲੈ ਕੇ ਇੱਕ ਜਾਗਰੂਕਤਾ ਰੈਲੀ ਵੀ ਕੱਢੀ ਗਈ ਜਿਸ ਦਾ ਥੀਮ ਲਿਵ ਯੰਗ ਮੂਵਮੈਂਟ ਇਜ਼ ਲਾਈਫ ਸੀ। ਇਸ ਮੌਕੇ ਤੇ ਕੋਲੰਬੀਆ ਏਸ਼ੀਆ ਹਸਪਤਾਲ ਦੇ ਹੱਡੀਆਂ ਦੇ ਮਾਹਰ ਡਾਕਟਰ ਪਰਮਜੀਤ ਸਿੰਘ ਚਹਿਲ ਨੇ ਦੱਸਿਆ ਕਿ ਗੋਡਿਆਂ ਦੀ ਸਰਜਰੀ ਸਫਲ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਇਸ ਪੈਦਲ ਰੈਲੀ ਦੌਰਾਨ ਮਰੀਜ਼ਾਂ ਅਤੇ ਡਾਕਟਰਾਂ ਵੱਲੋਂ ਗੋਡਾ ਬਦਲਾਉਣ ਸਬੰਧੀ ਭਰਮ ਭੁਲੇਖਿਆਂ ਨੂੰ ਦੂਰ ਕਰਨ ਦੀ ਜਾਗਰੂਕਤਾ ਪੈਦਾ ਕੀਤੀ ਗਈ। ਰਿਪਲੇਸਮੈਂਟ ਸੋ ਜੋ ਅਸੀਂ ਕੁਝ ਪੇਸ਼ੈਂਟ ਨੂੰ ਰਿਕੁਐਸਟ ਕੀਤੀ ਸੀ ਕਿ ਆਪਾਂ ਜਿਹੜਾ ਵਾਕੇਥੋਨ ਮੀਨਸ ਮੂਵਮੈਂਟ ਆਫ ਲਾਈਫ ਅਸੀਂ ਦਾ ਥੀਮ ਰੱਖਿਆ ਹੈ ਤਾਂ ਕਿ ਪੇਸ਼ੈਂਟ ਨੂੰ ਲੋਕਾਂ ਦੀ ਅਵੇਅਰਨੈਸ ਲਈ ਹੈਗਾ ਹੈ। ਪਹਿਲਾਂ ਲੋਕ ਬਹੁਤ ਜ਼ਿਆਦਾ ਡਰ ਰਹਿੰਦੇ ਨੇਗੇ ਵੀ ਆਪਾਂ ਰਿਪਲੇਸਮੈਂਟ ਪਤਾ ਨਹੀਂ ਕਿੱਦਾਂ ਹੋਏਗੀ, ਕਿੰਨੀ ਤਕਲੀਫ ਹੋਏਗੀ। ਹੁਣ ਰਿਪਲੇਸਮੈਂਟ ਇਹ ਅਸੀਂ ਲੋਕਾਂ ਦਾ ਕਿ ਛੋਟਾ ਜਿਹਾ ਹੀ ਮੈਸੇਜ ਬਚਾਉਣਾ ਚਾਹੁੰਦੇ ਹਾਂ ਵੀ ਇਹਦੇ 'ਚ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ। ਅਗਰ ਪ੍ਰੋਪਰ ਕੀਤਾ ਹੋਏ ਪੇਸ਼ੈਂਟ ਚੰਗੇ ਰਿਜ਼ਲਟ 'ਚ ਰਹਿੰਦੇ ਨੇ, ਜੇ ਬਿਲਕੁਲ ਨਹੀਂ ਚੱਲ ਪਾਉਂਦੇ ਉਹ ਰੀਜ਼ਨੇਬਲੀ ਡੇ ਟੂ ਡੇ ਐਕਟੀਵਿਟੀਜ਼ ਘਰਦਿਆਂ ਕਰ ਲੈਂਦੇ ਨੇ, ਪੇਨ ਰਿਲੀਫ ਰਹਿੰਦਾ ਹੈ, ਪੇਸ਼ੈਂਟ ਕੰਫਰਟੇਬਲ ਰਹਿੰਦਾ ਹੈ। ਕੋਲੰਬੀਆ ਹੌਸਪੀਟਲ ਨੇ ਤਾਂ ਪਟਿਆਲੇ ਦੇ ਬਜ਼ੁਰਗਾਂ ਦੀ ਜ਼ਿੰਦਗੀ ਬਣਾਤੀ ਜਿਹੜੇ ਚੱਲ ਨਹੀਂ ਸਕਦੇ ਸੀ। ਅਰ ਇਹਦਾ ਕ੍ਰੈਡਿਟ ਡਾਕਟਰ ਚਹਿਲ ਨੂੰ ਜਾਂਦਾ ਹੈ ਕਿ ਇਹਨਾਂ ਨੂੰ ਮਿਲ ਕੇ ਬੰਦਾ ਗੱਲ ਕਰਕੇ ਹੀ ਉਹ 50% ਠੀਕ ਹੋ ਜਾਂਦਾ। ਮੈਂ ਤਾਂ ਇਹ ਕਹਾਂਗਾ ਵੀ ਇਹ ਮਸੀਹਾ ਨੇ ਪਟਿਆਲੇ ਵਾਸਤੇ ਅਤੇ ਪਰਮਾਤਮਾ ਨੇ ਇਹਨਾਂ ਦੇ ਹੱਥ ਵਿੱਚ ਸ਼ਫਾ ਬਖਸ਼ੀ ਹੈ।